ਇੱਕ ਵੱਡੀ ਸਟੈਰੋਫੋਮ ਪਲੇਟ ਅਤੇ ਕੁਝ ਮਜ਼ਬੂਤ ਸਟ੍ਰਾਅ ਦੇ ਨਾਲ ਤੁਸੀਂ ਇਹ ਸਪਿਨਿੰਗ ਸਪੇਸਸ਼ਿਪ ਬਣਾ ਸਕਦੇ ਹੋ। 15 ਸੈਂਟੀਮੀਟਰ ਡਾਇਮੀਟਰ ਦੀ ਸਟੈਰੋਫੋਮ ਪਲੇਟ ਲੈ ਕੇ ਇਸ ਦੇ ਸੈਂਟਰ 'ਤੇ ਅੱਧਾ ਬੀਡ ਸਟਿੱਕਰ ਚਿਪਕਾ ਦਿਓ। ਇਹ ਪਾਈਵਟ ਬਣ ਜਾਏਗਾ ਜਿਸ ਉੱਤੇ ਸਪੇਸਸ਼ਿਪ ਘੁੰਮੇਗੀ। ਇੱਕ ਹੋਰ ਪਲੇਟ ਇਸ ਪਲੇਟ ਉੱਤੇ ਉਲਟੀ ਰੱਖ ਕੇ ਚਿਪਕਾ ਦਿਓ, ਜਿਵੇਂ ਕਿ ਕਨਵੈਕਸ ਲੈਂਸ ਦਾ ਆਕਾਰ ਹੋਏ। ਤੁਹਾਨੂੰ ਹੁਣ ਵੀ ਉੱਪਰ ਪਾਈਵਟ ਦਿਖੇਗਾ। ਹੁਣ 4 ਸਟਿਫ ਸਟ੍ਰਾਅ ਪਲੇਟ ਵਿੱਚ ਲਗਾਓ ਤਾਂ ਕਿ ਉਹ ਇੱਕੋ ਦੂਰੀ 'ਤੇ ਹੋਣ। ਇਹਨਾਂ ਪਾਈਪਾਂ ਵਿੱਚੋਂ ਹਵਾ ਨਿਕਲੇਗੀ ਜੋ ਕਿ ਸਪੇਸਸ਼ਿਪ ਨੂੰ ਘੁੰਮਣ ਵਿੱਚ ਮਦਦ ਕਰੇਗੀ। ਹੁਣ ਉੱਪਰਲੀ ਪਲੇਟ ਦੇ ਵਿਚਕਾਰ ਇੱਕ ਪਾਈਪ ਇੱਕ ਸਟ੍ਰਾਅ ਹੋਰ ਲਗਾਓ। ਪਲੇਟ ਨੂੰ ਰੰਗੀਨ ਟੇਪਾਂ ਨਾਲ ਸਜਾ ਲਵੋ। ਇਸ ਨੂੰ ਲਾਟੂ ਦੀ ਤਰ੍ਹਾਂ ਘੁਮਾਓ, ਰੰਗ ਸੋਹਣੇ ਲੱਗਣਗੇ।